ਅਸਲਾਮ ਵਾਲੇਕੁਮ ਸੰਗਤ, ਕਿਆ ਹਾਲ ਹੈ? ਠੀਕ ਉਖਰੀਆ ਤੇ ਨੀ ਵੀਡੀਓ ਸਾਊਦੀ ਅਰਬ ਦੀਆਂ ਕੁਝ ਖਬਰਾਂ ਤੁਹਾਨੂੰ ਸ਼ੇਅਰ ਕਰਨ ਆਵਾਂ। ਪਹਿਲੀ ਖਬਰ, ਜੱਦਾ ਤੇ ਕੱਲ ਮੱਕਾ ਮੁਕਰਮਾ ਆਇਤ ਮੁਸੱਲਾਧਾਰ ਬਾਰਿਸ਼ ਥਈ ਏ। ਬਾਰਿਸ਼ ਦੇ ਦੌਰਾਨ ਹਰਮ ਸ਼ਰੀਫ ਏ ਜ਼ਾਹਰੀਨ ਨਮਾਜ਼ ਦੀ ਅਦਾਇਗੀ ਤੇ ਤਵਾਫ ਕਰਦੇ ਰਹਿ ਗਏ ਵੇਨ। ਮਸਜਿਦ ਹਰਮ ਦੇ ਸਾਨ ਤੇ ਮਤਾਫ ਵਾਲੀ ਜਹਾ ਤੇ ਜ਼ਾਹਰੀਨ ਦੁਆ ਹੀ ਮੰਗਦੇ ਰਹਿ ਗਏ ਵੇਨ। ਬਾਰਿਸ਼ ਦੇ ਬਾਅਦ ਫੌਰਨ ਜ਼ਾਹਰੀਨ ਦੀ ਸਲਾਮਤੀ ਕੀਤੇ, ਬਾਰਿਸ਼ ਦੇ ਪਾਣੀ ਕੋ ਕੱਢੇ ਨੇ ਅਤੇ ਫਰਸ਼ ਕੂਈ ਖੁਸ਼ਕ ਕੀਤੇ ਨੇ ਮਸਜਿਦ ਹਰਮ ਸ਼ਰੀਫ ਦੀ ਇੰਤਜ਼ਾਮੀਆ, ਤਾਂ ਕਿ ਕੋਈ ਜ਼ਹਿਰੀਨ ਬਾਰਿਸ਼ ਦੀ ਵਜ੍ਹਾ ਨੇ ਇੱਥਾਂ ਤਿਲਕੇ ਨਾ ਡਾਹੇ ਨਾ। ਇਹ ਖਬਰ ਯੰਬੋਇਤ ਸਾਊਦੀ ਸਰਹੱਦੀ ਮੁਆਫਜ਼ੇ 7 ਸਾਊਦੀ ਸ਼ਹਿਰਾਂ ਕੋ ਅਤੇ 1 ਯਮਾਨੀ ਸ਼ਹਿਰੀ ਕੋ ਸਮੁੰਦਰ ਤੋਂ ਡੁੱਬਣ ਨੇ ਬਚਾ ਗਿਦਏ। ਇਹਨਾਂ ਦੀ ਕਿਸ਼ਤੀ ਪਾਣੀ ਤਰੁੱਟ ਗਈ ਹੈ, ਜਿਹਦੀ ਵਜ੍ਹਾ ਨੇ ਇਹਨਾਂ ਦੇ ਡੁੱਬਣ ਦੇ ਕਾਫੀ ਚਾਂਸ ਹਨ। ਸਰਹੱਦੀ ਮੁਆਫਜ਼ੇ ਫੌਰਨ ਇਹਨਾਂ ਕੋ ਮਦਦ ਫਰਾਹਮ ਕੀਤੀ ਏ, ਇੱਥੋਂ ਇਹਨਾਂ ਕੋ ਕੱਢ ਗਿਦਏ ਨੇ। ਵੀ ਖਬਰ ਜਿਜ਼ਾਨ ਰਹਿ ਜਾਂਦੀ ਅਲ ਅਰਾਦੀਆ ਕਮਿਸ਼ਨਰੀਏਤ ਅਸਮਾਨੀ ਬਿਜਲੀ ਲੱਠੀਏ, ਜਿਹਦੇ ਬਾਇਸ ਦੋ ਅਫਰਾਦ ਅੱਲਾਹ ਕੋ ਪਿਆਰੇ ਥਾਏ ਨ। ਇਹਨੇ ਦੋ ਅਫਰਾਦ ਦੇ ਬਾਰੇ ਈ ਕਹਿਣੇ ਦੱਸਿਆ ਜੋ ਕੌਣ ਹਨ, ਗੈਰ ਮੁਲਕੀ ਹਨ ਜਾਂ ਸਾਊਦੀ ਸ਼ਹਿਰੀ ਹਨ। ਵੀ ਖਬਰ ਸਾਊਦੀ ਇੰਟਰਪੋਲ ਇੱਕ ਮਫਰੂਰ ਪਾਕਿਸਤਾਨੀ ਕੋ ਪਕੜ ਤੇ ਪਾਕਿਸਤਾਨੀ ਹੁਕਾਮ ਦੇ ਹਵਾਲੇ ਕਰ ਦਿੱਤੇ। ਇਹ ਪਾਕਿਸਤਾਨੀ 2022 ਤੇ ਦੋ ਅਫਰਾਦ ਕੋ ਕਤਲ ਕਰਤੇ ਮੁਲਕ ਤੋਂ ਫਰਾਰ ਥੀ ਗਿਆ। ਈ ਮਫਰੂਰ ਦੇ ਬਾਰੇ ਜਿਵੇਂ ਹੀ ਪਤਾ ਲੱਗੇ ਜੋ ਸਾਊਦੀ ਅਰਬ ਤੇ ਵੱਲ ਇਹਦੇ ਰੈੱਡ ਵਾਰੰਟ ਜਾਰੀ ਕੀਤੇ ਨੇ ਅਤੇ ਇੰਟਰਪੋਲ ਦੇ ਜ਼ਰੀਏ ਇਹਨੂੰ ਪਕੜਵਾ ਅਤੇ ਪਾਕਿਸਤਾਨ ਗਿਣਨਾ ਹਨ। ਵੀ ਖਬਰ ਤਬੂਕਤ 3 ਪਾਕਿਸਤਾਨੀ ਕੋ ਪਕੜੇ ਨੇ। ਇਹਨੇ ਪਾਕਿਸਤਾਨੀ ਕੋਲੋਂ 231 ਗ੍ਰਾਮ ਕ੍ਰਿਸਟਲ ਜ਼ਬਤ ਕੀਤੇ ਨੇ। ਇਹਨੇ 3 ਪਾਕਿਸਤਾਨੀਆਂ ਦੇ ਬਾਰੇ ਖੁਫੀਆ ਇਤਲਾਹ ਆਈ, ਇਹਨਾਂ ਦੀ ਨਿਗਰਾਨੀ ਸ਼ੁਰੂ ਕੀਤੀ ਨੇ ਅਤੇ ਵਲਾ ਇਹਨੇ ਕੋ ਰੰਗੇ ਹੱਥੋਂ ਪਕੜੇ ਨੇ ਤਬੂਕਤ। ਇਹਨੇ 3 ਕੋਲੋਂ ਤਫਤੀਸ਼ ਜਾਰੀ ਹੈ, ਜਵਾਬੇ ਦੀ ਕਾਰਵਾਈ ਮੁਕੰਮਲ ਕਰਨ ਦੇ ਬਾਅਦ ਮੁਤਾਲਕਾ ਇਦਾਰੇ ਦੇ ਹਵਾਲੇ ਕਰਦੇ ਸਨ। ਵੀ ਖਬਰ ਮੱਕਾ ਮੁਕਰਮਾ ਹੈ ਤੇ ਤੇਜ਼ ਹਵਾ ਦੇ ਬਾਇਸ ਇੱਕ ਦੀਵਾਰ ਡਿੱਠੀਏ, ਜਿਹਦੇ ਨਤੀਜੇ ਵਿੱਚ ਦੋ ਅਫਰਾਦ ਅੱਲਾਹ ਕੋ ਪਿਆਰੇ ਥੀ ਗਏ। ਇਹ ਦੋ ਅਫਰਾਦ ਇੱਕ ਗੈਸਟ ਹਾਊਸ ਹੈ ਤਾਂ ਆਪਣੀ ਡਾਡੀ ਦੀ ਵਫਾਤ ਦੀ ਤਾਜ਼ੀਤੀ ਤਕਰੀਬ ਦੇ ਇਸਤਕਬਾਲ ਕੀਤੇ ਦਰਵਾਜ਼ੇ ਦੇ ਉੱਤੇ ਖੜ੍ਹੇ ਹਨ, ਲੇਕਿਨ ਤੇਜ਼ ਹਵਾ ਦੇ ਬਾਇਸ ਦੀਵਾਰ ਡਿੱਠੀਏ ਅਤੇ ਡੋਈਏ ਅੱਲਾਹ ਕੋ ਪਿਆਰੇ ਥੀ ਗਏ। ਵੀ ਖਬਰ ਰਿਆਲ ਰੇਟ ਦੇ ਬਾਰੇ ਵੀ ਕੱਲ੍ਹ ਸੋਮਵਾਰ ਵਾਲੇ ਜਾੜੇ 2 ਸਤੰਬਰ ਕੋ ਸਾਊਦੀ ਅਰਬ ਦਾ ਜਿਹੜਾ ਰਿਆਲ ਰੇਟ ਪਾਕਿਸਤਾਨ ਕਿਤੇ ਚੱਲਦਾ ਪਿਆ ਆ ਫੌਰੀ ਬੈਂਕ ਅਲ ਜਜ਼ੀਰਾ ਦੇ ਉੱਤੇ ਇਹ 73 ਰੁਪਏ 52 ਪੈਸੇ ਆ, STC ਪੇਜ ਦੇ ਉੱਤੇ 73 ਰੁਪਏ 40 ਪੈਸੇ ਆ, ਤਾਵਲ ਰਾਜੀ ਦੇ ਉੱਤੇ 73 ਰੁਪਏ 38 ਪੈਸੇ ਆ, ਵੈਸਟਰਨ ਯੂਨੀਅਨ ਦੇ ਉੱਤੇ 73 ਰੁਪਏ 72 ਪੈਸੇ ਆ, ਮਨੀਗ੍ਰਾਮ ਦੇ ਉੱਤੇ 73 ਰੁਪਏ 36 ਪੈਸੇ ਆ, ਇੰਜਾਜ਼ ਬੈਂਕ ਅਲ ਬਿਲਾਦ ਦੇ ਉੱਤੇ 73 ਰੁਪਏ 37 ਪੈਸੇ ਆ, ਅਤੇ ਕੱਲ੍ਹ ਜਿਹੜਾ ਐਕਸਚੇਂਜ ਰਿਆਲ ਰੇਟ ਚੱਲਦਾ ਰਹਿ ਗਏ ਇਹ 74 ਰੁਪਏ 30 ਪੈਸੇ ਆ ਪਾਕਿਸਤਾਨ ਕਿਤੇ। ਠੀਕ ਹੈ ਸੰਗਤ, ਇਹ ਸਾਊਦੀ ਅਰਬ ਦੀਆਂ ਥੋੜ੍ਹੀਆਂ ਬਹੁਤ ਖਬਰਾਂ ਜਿਹੜੀਆਂ ਤੁਹਾਨੂੰ ਸ਼ੇਅਰ ਕੀਤੀ ਮੀ। ਇਹ ਵੀਡੀਓ ਪਸੰਦ ਆਵੇ ਤਾਂ ਇੱਕ ਲਾਈਕ ਵੀ ਕਰਾਏ ਅਤੇ ਬਿਨੇ ਬਿਰਾਂ ਨਾਲ ਸ਼ੇਅਰ ਵੀ ਕਰਾਏ। ਅੱਲਾ ਹਾਫਿਜ਼।